देखो प्रशासन नूं असीं बार बार नहीं मिलते, असीं कोई होर नहीं, असीं अपने हकां वास्ते लाया, इस करके असीं तरले तों भी कढ़ने आ प्रशासन। गल सामने रही कि जगतार सिंह हवारा ने बब्बू मान नूं चिट्ठी लिखी सी, उस चिट्ठी दे विच की सीगा? नहीं स्पैशल उन्हां नूं कोई नहीं लिखी, मेरे ध्यान च नहीं। की सोचते हो कि अगर किन्नी कु दूर जित रह गई हुण? शाह संगतां वध तों वध आ रही हैं, जित हुण तैयारी है। कौमी इंसाफ मोर्चे दे विच मौजूद आ ते जगतार सिंह हवारा दे बापू जी साडे नाल ने। बापू जी हुण वड्डे पद्धर ते सिख संगतां इधर पहुँच रही ने, अज राकेश टकैत पहुँचे हैं, किस तरह का महसूस कर रहे हो कि हुण किसानी आगू भी इधर आना शुरू हो चुके? देखो जिहड़ा 7 जनवरी नूं लग्या मोर्चा इत्थे कौमी इंसाफ मोर्चा कौमी मुद्दा लैके, उहदे वास्ते जिन्ना भी प्रचार हो रहा दिन पर दिन संगतां दी आमद है जिहड़ी उह बहुत वड्डे पद्धर ते हुंदी जा रही है। ठीक है, इस लई संगतां अपना फर्ज समझदे होए जिथे कि सिख संगतां इत्थे पहुँच रही उत्थे वख वख जथेबंदियां, किसान जथेबंदियां, निहंग सिंह जथेबंदियां, मैं गल करां दूजे फिरकियां चों भी, हिंदू फिरकियां चों, मुसलमान फिरकियां चों, क्योंकि जिहड़े इस चीज़ नूं समझदे हैं भी मनुखी अधिकार की है, जिहड़ी सरकारां मनुखी अधिकारां दा उलंघन कर रही हैं, बन दियां सजावां कट्टण दे बावजूद भी उन्हां नूं रिहा नहीं कर सकियां, ਇਹ ਗੱਲ ਹੁਣ ਆਮ ਸੰਗਤਾਂ ਸਮਝ ਚੁੱਕੀਆਂ ਵੀ ਇਹ ਸਰਕਾਰਾਂ ਦੀ ਗਲਤ ਨੀਤੀ ਹੈ, ਇਹ ਇਹਨਾਂ ਨਾਲ ਵਿਤਕਰਾ ਹੋ ਰਿਹਾ ਇਸ ਦੇਸ਼ 'ਚ, ਨਹੀਂ ਹੋਣਾ ਚਾਹੀਦਾ। ਉਹਦੇ ਖਿਲਾਫ਼ ਆਵਾਜ਼ ਉਠਾਉਣ ਵਾਸਤੇ ਇੱਥੇ ਵੱਖ ਵੱਖ ਜਥੇਬੰਦੀਆਂ ਆਪਣਾ ਫਰਜ਼ ਸਮਝ ਕੇ ਹਾਜ਼ਰੀ ਲਵਾ ਰਹੇ। ਜਗਤਾਰ ਸਿੰਘ ਹਵਾਰਾ ਦੀ ਕੱਲ੍ਹ ਪੇਸ਼ੀ ਆਏ ਆ, ਅਗਲੇ ਮਹੀਨੇ ਦੀ 3 ਤਰੀਕ ਨੂੰ ਹੈਗੀ? ਦੇਖੋ ਇਸ ਮਹੀਨੇ ਦੀ 3 ਤਰੀਕ ਨੂੰ, ਮਤਲਬ ਕੱਲ੍ਹ ਹੈਗੀ ਆ, 3 ਫਰਵਰੀ ਅਤੇ ਕੱਲ੍ਹ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ? ਲੋਅ ਐਂਡ ਆਰਡਰ ਦੇ ਨਾਲ ਗੱਲ ਹੋਈ ਸੀਗੀ, DGP ਲੋਅ ਐਂਡ ਆਰਡਰ ਦੇ ਨਾਲ ਪੰਜਾਬ ਦੇ, ਅਤੇ ਉਹਨਾਂ ਨੇ ਕੀ ਕਿਹਾ ਕਿ ਇਸ ਵਾਰੀ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਜਾਵੇਗਾ ਜਾਂ ਫਿਰ ਪਿਛਲੀ ਤਰ੍ਹਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ? ਨਹੀਂ ਦੇਖੋ ਸਾਡੇ ਨਾਲ ਉਹਨਾਂ ਨੇ ਵਾਅਦਾ ਕਰਿਆ ਸੀ ਵੀ 3 ਤਰੀਕ ਨੂੰ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ, ਜੇ ਕਰਦੇ ਹਾਂ ਠੀਕ ਹੈ, ਨਹੀਂ ਕਰਦੇ ਫਿਰ ਉਹੀ ਹੈ ਵੀ ਜੋ ਉਹਨਾਂ ਦਾ ਰਵੱਈਆ ਪਿੱਛੇ ਰਿਹਾ ਉਹੀ ਹੋਣਾ, ਇਸ ਕਰਕੇ ਵੀ ਸਰਕਾਰਾਂ ਸੰਸੀਅਰ ਨੇ। ਪਰ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਅਗਰ 3 ਤਰੀਕ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਨਹੀਂ ਕੀਤਾ ਜਾਂਦਾ ਤਾਂ 5 ਤਰੀਕ ਨੂੰ ਕੋਈ ਪ੍ਰੋਟੈਸਟ ਵੀ ਹੋ ਸਕਦਾ? ਕੋਈ ਨਹੀਂ, ਅਸੀਂ ਤਾਲਮੇਲ ਕਮੇਟੀ ਦੀ ਮੀਟਿੰਗ ਕਰਕੇ ਉਹ ਫੈਸਲਾ ਲੈਣਾ ਵੀ ਜੋ ਵੀ ਅਗਲਾ ਫੈਸਲਾ ਲੈਣਾ ਹੋਇਆ ਸਾਰੀ ਜਥੇਬੰਦੀਆਂ ਦੀ ਸਲਾਹ ਨਾਲ ਤਾਲਮੇਲ ਕਮੇਟੀ ਫੈਸਲਾ ਕਰੇਗੀ, ਉਸ 'ਤੇ ਉਹ ਅਗਲਾ ਐਕਸ਼ਨ ਕੀਤਾ ਜਾਵੇ। ਪਰ ਹਾਲੇ ਤੱਕ ਕੋਈ ਗੱਲ ਨਹੀਂ ਹੋਈ ਕਿਉਂਕਿ ਦਿਨ ਬੜੇ ਘੱਟ ਰਹਿ ਗਏ, ਹੁਣ ਪ੍ਰਸ਼ਾਸਨ ਨਾਲ ਗੱਲ ਨਹੀਂ ਹੋਈ ਆ, ਅੱਜ ਕੋਈ ਮੀਟਿੰਗ ਹੈਗੀ ਹੈ ਇਸ ਨੂੰ ਲੈ ਕੇ? ਦੇਖੋ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਨਹੀਂ ਮਿਲਦੇ, ਅਸੀਂ ਕੋਈ ਹੋਰ ਨਹੀਂ, ਅਸੀਂ ਆਪਣੇ ਹੱਕਾਂ ਵਾਸਤੇ ਲਾਇਆ, ਇਸ ਕਰਕੇ ਅਸੀਂ ਤਰਲੇ ਤੋਂ ਵੀ ਕੱਢਣੇ ਹਾਂ ਪ੍ਰਸ਼ਾਸਨ ਦੇ। ਅਤੇ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਭੇਜੀ ਸੀਗੀ, ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਆ ਉਹਨਾਂ ਦੇ ਨਾਲ? ਚਲੋ ਗੱਲ ਸਰਕਾਰੀ ਤਾਂ ਦੂਜੇ ਤੀਜੇ ਦਿਨ ਹੁੰਦੀ ਰਹਿੰਦੀ ਆ, ਕੱਲ੍ਹ ਉਹਨਾਂ ਦੀ ਚਿੱਠੀ ਰਿਲੀਜ਼ ਕਰੀ ਆ ਪ੍ਰੈਸ ਨੂੰ, ਉਹ ਉਹਨਾਂ ਦੀ। ਇੱਕ ਗੱਲ ਸਾਹਮਣੇ ਆ ਰਹੀ ਕਿ ਜਗਤਾਰ ਸਿੰਘ ਹਵਾਰਾ ਨੇ ਬੱਬੂ ਮਾਨ ਨੂੰ ਚਿੱਠੀ ਲਿਖੀ ਸੀਗੀ, ਉਸ ਚਿੱਠੀ ਦੇ ਵਿੱਚ ਕੀ ਸੀਗਾ? ਚਲੋ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਚਿੱਠੀ ਲਿਖੀ ਜਾਂ ਨਹੀਂ ਲਿਖੀ, ਉਹਨਾਂ ਨੇ ਇੱਕ ਸਾਂਝੀ ਚਿੱਠੀ ਨਾ ਪਹਿਲਾਂ ਕੌਮ ਨੂੰ ਲਿਖੀ ਹੈ, ਸਾਰੀ ਜਥੇਬੰਦੀਆਂ ਨੂੰ ਲਿਖੀ ਹੈ, ਜਿਹੜੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਲਿਖੀ ਹੈ ਬਈ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਕੌਮੀ ਮੁੱਦਿਆਂ 'ਤੇ ਲਾਇਆ ਜਾ ਰਿਹਾ, ਸੋ ਉਹ ਸਾਂਝੀ ਚਿੱਠੀ ਲਿਖੀ ਆ ਉਹਨਾਂ ਨੇ ਬੱਬੂ ਮਾਨ ਨੂੰ ਲਿਖੀ ਹੈ ਨਾ? ਨਹੀਂ ਸਪੈਸ਼ਲ ਉਹਨਾਂ ਨੂੰ ਕੋਈ ਨਹੀਂ ਲਿਖੀ, ਮੇਰੇ ਧਿਆਨ 'ਚ ਨਹੀਂ, ਉਹ ਉਹਨਾਂ ਨੇ ਸਾਰੇ ਜਰਨਲ ਚਿੱਠੀ ਲਿਖੀ ਆ। ਸਰ ਤੁਹਾਡੇ ਐਡਵੋਕੇਟ ਕਹਿ ਰਹੇ ਸੀਗੇ, ਕਹਿ ਰਹੇ ਕਿ ਉਹਨਾਂ ਨੇ ਬੱਬੂ ਮਾਨ ਨੂੰ ਵੀ ਚਿੱਠੀ ਲਿਖੀ? ਚਲੋ ਉਹਨੂੰ ਪਤਾ ਹੋਣਾ ਐਡਵੋਕੇਟ ਨੂੰ, ਪਰ ਮੇਰੇ ਧਿਆਨ 'ਚ ਨਹੀਂ। ਪਰ ਰਾਕੇਸ਼ ਟਕੈਤ ਅੱਜ ਇੱਧਰ ਪਹੁੰਚ ਗਏ, ਲੱਖੋਵਾਲ ਇੱਧਰ ਪਹੁੰਚ ਗਏ, ਹੁਣ ਜਥੇਬੰਦੀਆਂ ਪਹੁੰਚੇ, ਕੱਲ੍ਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਧਰ ਪਹੁੰਚੀ, ਹਰਿਆਣੇ ਤੋਂ ਭਾਈਚਾਰਾ ਇੱਧਰ ਪਹੁੰਚ ਰਿਹਾ, ਹੋਰ ਵੱਖ ਵੱਖ ਸਟੇਟਾਂ ਤੋਂ ਪਹੁੰਚ ਰਿਹਾ, ਮਹਾਰਾਸ਼ਟਰ ਤੋਂ ਪਹੁੰਚ ਰਿਹਾ, ਕੀ ਸੋਚਦੇ ਹੋ ਕਿ ਆਖਰ ਕਿੰਨੀ ਕੁ ਦੂਰ ਜਿੱਤ ਰਹਿ ਗਈ ਹੁਣ, ਕਿਉਂਕਿ ਸਿੱਖ ਸੰਗਤਾਂ ਲਗਾਤਾਰ ਇਕੱਠੇ ਹੋ ਰਹੀਆਂ ਨੇ? ਦੇਖੋ ਸੰਗਤਾਂ ਵੱਲੋਂ ਕੋਈ ਨਹੀਂ, ਸੰਗਤਾਂ ਪੂਰਾ ਉਤਸ਼ਾਹ, ਸੰਗਤਾਂ ਵੱਧ ਤੋਂ ਵੱਧ ਆ ਰਹੀਆਂ, ਜਿੱਤ ਹੁਣ ਤਿਆਰੀ ਹੈ, ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਜਦੋਂ ਸੰਗਤਾਂ ਜਾਗ ਚੁੱਕੀਆਂ ਆਪਣਾ ਫਰਜ਼ ਸਮਝ ਚੁੱਕੀਆਂ, ਇਹ ਸਰਕਾਰਾਂ ਦਾ ਫਰਜ਼ ਬਣਦਾ ਇਸ 'ਤੇ। ਅੱਜ ਖਾਲਸਾ ਏਡ ਵੀ ਇੱਧਰ ਪਹੁੰਚੀ, ਉਹਨਾਂ ਨੇ ਪਾਣੀ ਦੀ ਸੇਵਾ ਲਈ, ਹੌਲੀ ਹੌਲੀ ਹੋਰ ਵੀ ਸੇਵਾਵਾਂ ਲਾਣਗੀਆਂ, ਤਾਂ ਲੱਗਦਾ ਨਹੀਂ ਕਿ ਹੁਣ ਭਰਮਾ ਹੁੰਗਾਰਾ ਮਿਲਣਾ ਸ਼ੁਰੂ ਹੋ ਚੁੱਕੇ ਆ? ਕਿੰਨੇ ਕੁ ਪਰਸੈਂਟ ਸੋਚਦੇ ਹੋ ਕਿ ਹੁਣ ਜਿਹੜਾ ਮੋਰਚਾ ਉਹ ਜਿੱਤ ਲਿਆ ਸੀ? ਦੇਖੋ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸਾਰੇ ਜਥੇਬੰਦੀਆਂ ਇੱਥੇ ਤਕਰੀਬਨ 7 ਜਨਵਰੀ ਤੋਂ ਹੀ ਖਾਲਸਾ ਏਡ ਵੱਲੋਂ
बहुत बड़े पद्धर से सभावां निभाईआं जा रही जिस तरह गद्दे भेजे गए, कंबल भेजे गए, पानी भेजा गया, टेंट का भी समान भेजा गया, दूजे पासे यूनाइटेड सिख वालों टेंट लाया गया, कार सेवा वाले अपनी सेवावां निभा रहे हैं। इस करके जिहड़े भी लोग भलाई वाले हैं सारे इत्थे हाजिर हो रहे हैं क्योंकि ये लोग भलाई का ही काम है, उन्होंने मुद्दों पर ही मोर्चा लगे। अगर कल पेश नहीं करते तो फिर प्रोटेस्ट हो सकता आने वाले दिन? देखो अगले असी तालमेल कमेटी की मीटिंग करके फिर उस तो बाद फैसला लेना भी की करना की नहीं। बहुत बहुत धन्यवाद। तो बापू जी साढ़े नाल सीगे हवारा साहब दे, गल की है क्योंकि कल जगतार सिंह हवारा की पेशी हैगी है। पहले भी दो पेशियां हुई हैं पर सिक्योरिटी का हवाला दे के जगतार सिंह हवारा इधर पेश नहीं किया गया, पर हुण वकीलों वालों भी साफ तौर पर कह दिया गया कि अगर जगतार सिंह हवारा पेश नहीं किया गया तो एक बड़ा किया जा सकता प्रोटेस्ट किया जा सकता, पर दूजी तरफ वकीलों बारे वकीलों ने भी कहा कि जो बड़े गैंगस्टर पेश किए जा सकते हैं तो जगतार सिंह हवारा क्यों नहीं पेश किया जा सकता। फिर अगे शिकायत भी पहुंचे ने बापू जी उन्होंने गलबात की है, तमाम गलबात लैके तुम की सोचते सूँ कमेंट बॉक्स में कमेंट करके जरूर दसो। विजन स्टैपी के नाल स्क्रोल पंजाबी कॉमन स्टाफ मोर्चा।